अभी आप लाइव न्यूज देख रहे हैं श्री जीतू साहब के मेरे बाली साहब वो बिजली का देख लो उधर मीटर वो पानी गाड़ियां हट के नाले में फंस गई जिस कारण घरों में भी पानी बढ़ चुका है। देखिए बरसात की नाले का पानी कैसे उफान पे आया, बहुत लोगों का नुकसान हुआ, घरों में पानी बढ़ गया है। ये कि न्यूज़ है लोकल सिटी तीर्थों साहब की, जहाँ ये हाल बेहाल हुआ है चंद घंटों की बारिश ने हाल बेहाल। अभी भी आप लाइव न्यूज़ देख रहे हैं श्री तीर्थों साहब के मेरे जहाँ एक घरों के आगे मीटर वो पानी हड़ आने से गाड़ियाँ हट के नाले में फंस गई जिस कारण ब्लॉक हो गया, घरों में भी पानी बढ़ चुका है। देखिए बरसात की नाले का पानी कैसे उफान पे आया, बहुत लोगों का नुकसान हुआ, घरों में पानी बढ़ गया है। ये कि न्यूज़ है लोकल सिटी तीर्थों साहब की, जहाँ ये हाल बेहाल हुआ है चंद घंटों की बारिश ने हाल बेहाल। अभी भी आप लाइव न्यूज़ देख रहे हैं श्री जीतू साहब के मेरे साहब जहाँ एक घरों के आगे मीटर वो पानी हड़ आने से गाड़ियाँ हट के नाले में फंस गई जिस कारण ब्लॉक हो गया, घरों में भी पानी बढ़ चुका है। देखिए बरसात की नाले का पानी कैसे उफान पे आया, बहुत लोगों का नुकसान हुआ, घरों में पानी बढ़ गया है। ये कि न्यूज़ है लोकल सिटी तीर्थों साहब की, जहाँ ये हाल बेहाल हुआ है चंद घंटों की बारिश ने हाल बेहाल नुकसान हुआ, घरों में पानी बढ़ गया। ये कि न्यूज़ है लोकल सिटी तीर्थों साहब की, जहाँ ये हाल बेहाल हुआ है चंद घंटों की बारिश। अभी भी आप लाइव न्यूज़ देख रहे हैं श्री तीर्थों साहब के मेरे साहब जहाँ एक घरों के आगे मीटर वो पानी हड़ आने से गाड़ियाँ हट के नाले में फंस गई जिस कारण ब्लॉक हो गया, घरों में भी पानी बढ़ चुका है। देखिए बरसात की नाले का पानी कैसे उफान पे आया, बहुत लोगों का नुकसान हुआ, घरों में पानी बढ़ गया है। ये कि न्यूज़ है लोकल सिटी तीर्थों साहब की, जहाँ ये हाल बेहाल हुआ है चंद घंटों की बारिश ने हाल बेहाल। ਟ੍ਰਾਫਿਕ ਦਾ ਹਾਕਾ ਮਾਰਦੇ ਨੇ ਜਿਵੇਂ ਗੱਡੀਆਂ ਹੜ ਜਾਣੀਆਂ ਰੱਸੇ ਪਾ ਲਓ ਭਾਈ ਕੋਲ ਆਪਦੀ ਪਾਣੀ ਜ਼ਬਰਦਸਤ ਆ ਗਏ ਪਾ ਕੇ ਗੱਡੀ ਪਹਿਲਾਂ ਸਵਿਫਟ ਵੱਜੀ ਆ ਕੇ ਵਿੱਚ ਮਾਦਰੀ ਆਲਟੋ ਆ। ਅੱਛਾ ਜੀ, ਹੋਰ ਵੀ ਕੋਈ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਕੋ ਮੋਟਰਸਾਈਕਲ ਵੀ ਮੋਟਰਸਾਈਕਲ ਹਾਂ ਪਤਾ ਨਹੀਂ ਲੱਗਿਆ ਜੀ, ਮੈਂ ਲੱਗਦਾ ਵਿੱਚ ਲੰਘ ਗਏ। ਅੱਛਾ ਜੀ, ਦੇਖੋ ਇਹ ਸਾਡੇ ਪਿੰਡ ਪਟੋਲੀ ਨਾਲੇ ਜਾਊਗਾ ਦਾ ਸਾਂਝਾ ਰਸਤਾ ਹੈ, ਲੋਕਾਂ ਦੀ ਇੱਥੇ ਆਮਦ ਜਾਂਦ ਗਏ, 200-150 ਘਰ ਹੈ ਇਸ ਗਲੀ ਦੇ ਵਿੱਚ। ਇੱਕੋ ਦਮ ਬਰਸਾਤ ਉੱਪਰ ਪੈਣ ਕਾਰਨ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਆਉਂਦਾ, ਇਹਦੇ ਕਰਕੇ ਹੁਣ ਵੀ ਤੁਸੀਂ ਦੇਖੋ ਦੋ ਗੱਡੀਆਂ ਹੜ ਗਈਆਂ, ਹੋਰ ਨੁਕਸਾਨ ਹੋਇਆ ਮੋਟਰਸਾਈਕਲ, ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਯੋਗ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਸੇ ਬਾਹਰ ਸੈਫਾਂ 'ਚ ਜਾ ਕੇ ਫਿਰ ਕੋਈ ਤਰੀਕੇ ਨਾਲ ਇਹਦਾ ਹੱਲ ਕੀਤਾ ਜਾਵੇ। ਟ੍ਰਾਫਿਕ ਦਾ ਹਾਕਾ ਮਾਰਦੇ ਨੇ ਜਿਵੇਂ ਗੱਡੀਆਂ ਹੜ ਜਾਣੀਆਂ ਰੱਸੇ ਪਾ ਲਓ ਭਾਈ ਕੋਲ ਆਪਦੀ ਪਾਣੀ ਜ਼ਬਰਦਸਤ ਆ ਗਏ ਪਾ ਕੇ ਗੱਡੀ ਪਹਿਲਾਂ ਸਵਿਫਟ ਵੱਜੀ ਆ ਕੇ ਵਿੱਚ ਮਾਦਰੀ ਆਲਟੋ ਆ।
ਅੱਛਾ ਜੀ, ਹੋਰ ਵੀ ਕੁਝ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਉਹ ਮੋਟਰਸਾਈਕਲ ਵੀ ਮੋਟਰਸਾਈਕਲ ਹਾਂ ਪਤਾ ਨਹੀਂ ਲੱਗਿਆ ਜੀ ਮੇਲਾ ਦਾ ਵਿੱਚ ਲੰਘ ਗਏ। ਅੱਛਾ ਦੇਖੋ ਇਹ ਸਾਡੇ ਪਿੰਡ ਪਟੋਲੀ ਨਾਲੇ ਜਾਊਵਾਲ ਦਾ ਸਾਂਝਾ ਰਸਤਾ ਹੈ, ਲੋਕਾਂ ਦੀ ਇੱਥੇ ਆਮਦ ਜਾਂਦ ਗਏ, 150 ਘਰ ਹੈ ਇਸ ਗਲੀ ਦੇ ਵਿੱਚ, ਇੱਕੋ ਦਮ ਬਰਸਾਤ ਉੱਪਰ ਪੈਣ ਕਾਰਨ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਜਾਂਦਾ, ਉਹਦੇ ਕਰਕੇ ਹੁਣ ਵੀ ਤੁਸੀਂ ਦੇਖੋ 2 ਗੱਡੀਆਂ ਹੜ ਗਈਆਂ, ਹੋਰ ਨੁਕਸਾਨ ਹੋਇਆ ਮੋਟਰਸਾਈਕਲ, ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਯੋਗ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਸੇ ਬਾਹਰ ਸੈਫਾਂ 'ਚ ਜਾਂ ਕਿਸੇ ਕੋਈ ਤਰੀਕੇ ਨਾਲ ਇਹਦਾ ਹੱਲ ਕੀਤਾ ਜਾਵੇ। ਪ੍ਰਸ਼ਾਸਨ ਦਾ ਹਾਕਾ ਮਾਰਦੇ ਰਹੇ ਜਿਵੇਂ ਗੱਡੀਆਂ ਹੜ ਜਾਣੀਆਂ ਰੱਸੇ ਪਾ ਲਓ, ਭਾਈ ਕੋਲ ਆਪਦੀ ਪਾਣੀ ਜ਼ਬਰਦਸਤ ਆ ਗਏ, ਪਾ ਕੇ ਗੱਡੀ ਪਹਿਲਾਂ ਸਵਿਫਟ ਵੱਜੀ ਆ ਕੇ ਵਿੱਚ ਮਗਰੀ ਆਲਟੋ ਆ ਗਈ। ਅੱਛਾ ਜੀ, ਹੋਰ ਵੀ ਕੁਝ ਚੀਜ਼ ਪਾਣੀ ਦਾ ਬਹੁਤ ਜ਼ਿਆਦਾ ਉਹ ਮੋਟਰਸਾਈਕਲ ਵੀ ਮੋਟਰਸਾਈਕਲ ਹਾਂ ਪਤਾ ਨਹੀਂ ਲੱਗਿਆ ਜੀ ਮੇਲਾ ਦਾ ਵਿੱਚ ਲੰਘ ਗਏ। ਅੱਛਾ ਦੇਖੋ ਇਹ ਸਾਡੇ ਪਿੰਡ ਪਟੋਲੀ ਨਾਲੇ ਜਾਊਵਾਲ ਦਾ ਸਾਂਝਾ ਰਸਤਾ ਹੈ, ਲੋਕਾਂ ਦੀ ਇੱਥੇ ਆਮਦ ਜਾਂਦ ਗਏ, 150 ਘਰ ਹੈ ਇਸ ਗਲੀ ਦੇ ਵਿੱਚ, ਇੱਕੋ ਦਮ ਬਰਸਾਤ ਉੱਪਰ ਪੈਣ ਕਾਰਨ ਚੰਗਰ ਦੇ ਸਾਰੇ ਪਿੰਡਾਂ ਦਾ ਇੱਥੇ ਪਾਣੀ ਜਾਂਦਾ, ਉਹਦੇ ਕਰਕੇ ਹੁਣ ਵੀ ਤੁਸੀਂ ਦੇਖੋ 2 ਗੱਡੀਆਂ ਹੜ ਗਈਆਂ, ਹੋਰ ਨੁਕਸਾਨ ਹੋਇਆ ਮੋਟਰਸਾਈਕਲ, ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਇਹਦਾ ਕੋਈ ਯੋਗ ਪ੍ਰਬੰਧ ਕਰਕੇ ਇਹ ਪਾਣੀ ਨੂੰ ਕਿਸੇ ਬਾਹਰ ਸੈਫਾਂ 'ਚ ਜਾਂ ਕਿਸੇ ਕੋਈ ਤਰੀਕੇ ਨਾਲ ਇਹਦਾ ਹੱਲ ਕੀਤਾ ਜਾਵੇ।